ਜਾਣਾ ਹੈਗਾ ਕਿ ਇੱਕ ਫੰਡ ਹੈਗਾ ਪ੍ਰਾਈਮ ਮਿਨਿਸਟਰ ਨੈਸ਼ਨਲ ਰਿਲੀਫ ਫੰਡ, ਉਸ ਫੰਡ ਵਿੱਚੋਂ ਲੋੜਵੰਦ ਮਰੀਜ਼ਾਂ ਦੀ, ਚਾਹੇ ਉਹ ਕੈਂਸਰ ਦੇ ਮਰੀਜ਼ ਹੋਣ, ਚਾਹੇ ਉਹ ਦਿਲ ਦੇ ਮਰੀਜ਼ ਹੋਣ, ਚਾਹੇ ਉਹ ਥੈਲਾਸੀਮੀਆ ਦੇ ਮਰੀਜ਼ ਹੋਣ, ਚਾਹੇ ਬੋਨ ਮੈਰੋ ਟ੍ਰਾਂਸਪਲਾਂਟ ਹੋਵੇ ਜਾਂ ਹੋਰ ਗੰਭੀਰ ਰੋਗ ਹੋਣ, ਉਹਨਾਂ ਦੇ ਇਲਾਜ ਲਈ ਗਰੀਬ ਮਰੀਜ਼ਾਂ ਵਾਸਤੇ ਇੱਕ ਮਦਦ ਮੁਹੱਈਆ ਕੀਤੀ ਜਾਂਦੀ ਹੈ ਜਿਸ ਦੀ ਬਹੁਤ ਘੱਟ ਵਰਤੋਂ ਹੁੰਦੀ ਹੈਗੀ ਹੈ। ਪਰ ਅਸੀਂ, ਸਾਡੇ ਦਫ਼ਤਰ ਨੇ, ਸਾਡੇ ਦਫ਼ਤਰ ਦੇ ਮਿਹਨਤੀ ਸਟਾਫ ਨੇ 2014-15 'ਚ, ਅਤੇ ਅਸੀਂ ਕੁੱਲ 35 ਕੇਸ ਭੇਜ ਸਕਦੇ ਹਾਂ ਸਾਲ ਦੇ, ਅਤੇ 2014-15 'ਚ ਅਸੀਂ 33 ਕੇਸ ਭੇਜੇ ਸੀਗੇ, ਸਾਡੇ 27 ਪਾਸ ਹੋਏ ਨੇ, ਅਤੇ 2015-16 'ਚ ਅਸੀਂ 35 ਕੇਸ ਭੇਜੇ ਨੇ, ਸਾਡੇ 30 ਪਾਸ ਹੋਏ ਨੇ, ਅਤੇ 2016-17 'ਚ ਅਸੀਂ ਹੁਣ ਤੱਕ 14 ਕੇਸ ਭੇਜ ਚੁੱਕੇ ਹਾਂ, 3 ਪਾਸ ਹੋ ਕੇ ਆ ਗਏ ਨੇ, ਅਤੇ ਕੁੱਲ ਰਕਮ 74,76,500 ਰੁਪਏ, ਯਾਨੀ ਕਿ 1.25 ਕਰੋੜ ਦੀ ਰਕਮ ਇਹ ਗਰੀਬ ਮਰੀਜ਼ਾਂ ਦੇ ਇਲਾਜ ਲਈ ਅਸੀਂ ਦਿੱਲੀ ਤੋਂ ਲਿਆਉਣ ਵਿੱਚ ਕਾਮਯਾਬ ਹੋਏ ਹਾਂ। ਇਹ ਸਭ ਤੁਹਾਡੇ ਆਸ਼ੀਰਵਾਦ ਸਦਕਾ, ਤੁਹਾਡੇ ਸਹਿਯੋਗ ਸਦਕਾ, ਅਤੇ ਸਾਡੀ ਮਿਹਨਤੀ ਟੀਮ ਸਦਕਾ ਹੈ ਇਹ ਸੰਭਵ ਹੋ ਸਕਿਆ ਹੈਗਾ। ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਜਿਹੜਾ ਮੇਰਾ ਬਾਕੀ ਦਾ ਅਰਸਾ ਰਹਿੰਦਾ ਹੈਗਾ MP ਸ਼ਿਪ ਦਾ, ਉਹ ਮੈਂ ਇਸੇ ਤਰ੍ਹਾਂ ਆਪਣੀ ਤਨਦੇਹੀ ਨਾਲ, ਇਮਾਨਦਾਰੀ ਨਾਲ, ਮਿਹਨਤ ਨਾਲ ਉਹ ਨਿਭਾਉਂਦਾ ਰਹਾਂਗਾ ਅਤੇ ਤੁਹਾਡਾ ਆਸ਼ੀਰਵਾਦ ਲੈਂਦਾ ਰਹਾਂਗਾ। ਬਹੁਤ ਬਹੁਤ ਧੰਨਵਾਦ।